ਸ਼੍ਰੀਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੀਜੇ ਸਿੰਘ, ਤੁਸੀਂ ਦੇਖ ਰਹੇ ਹੋ ਤਹਿਲਕਾ ਨਿਊਜ਼, ਜਿੱਥੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਆਪ ਹੀ ਰਾਜੀਵ ਗਾਂਧੀ ਪਾਰਕ ਦਾ ਕੀਤਾ ਸੀ ਉਦਘਾਟਨ। ਜਦੋਂ ਪਹਿਲਾਂ ਕੈਪਟਨ ਸਰਕਾਰ ਸੱਤਾ ਵਿੱਚ ਸੀ, ਲਗਭਗ ਰਾਜੀਵ ਗਾਂਧੀ ਦੇ ਬੁੱਤ ਅਤੇ ਪਾਰਕ ਬਣਨ ਵਿੱਚ 16 ਤੋਂ 20 ਲੱਖ ਰੁਪਏ ਦਾ ਖਰਚਾ ਹੋਇਆ ਸੀ। ਹੁਣ ਉਸ ਪਾਰਕ ਨੂੰ ਤਹਿਸ ਨਹਿਸ ਕਰਕੇ ਲੱਗ ਰਿਹਾ ਹੈ ਅਤੇ ਸੀਵਰੇਜ ਬੋਰਡ ਦਾ ਲਗਭਗ 16 ਤੋਂ 17 ਕਰੋੜ ਦੇ ਨਵੇਂ ਪਲਾਟ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ। ਕਿਉਂ ਸਰਕਾਰਾਂ ਸਰਕਾਰੀ ਖਜ਼ਾਨੇ ਦੇ ਪਹਿਲਾਂ ਲੱਗੇ ਪੈਸੇ ਨੂੰ ਇੱਕੋ ਜਗ੍ਹਾ 'ਤੇ ਖਰਾਬ ਕਰ ਰਹੀ ਹੈ? ਸਰਕਾਰੀ ਖਜ਼ਾਨੇ 'ਚ ਜੋ ਵੀ ਪੈਸਾ ਜਮ੍ਹਾਂ ਹੁੰਦਾ ਹੈ, ਉਹ ਆਮ ਜਨਤਾ ਤੋਂ ਵਸੂਲੇ ਜਾ ਰਹੇ ਟੈਕਸ ਦਾ ਪੈਸਾ ਹੁੰਦਾ ਹੈ। ਮੈਂ ਤੁਹਾਡਾ ਆਪਣਾ ਸੀਜੇ ਸਿੰਘ, ਤੁਸੀਂ ਦੇਖ ਰਹੇ ਹੋ ਤਹਿਲਕਾ ਨਿਊਜ਼, ਅਤੇ ਅੱਜ ਅਸੀਂ ਪਹੁੰਚੇ ਹਾਂ ਦਲੱਦੀ ਗੇਟ ਨਾਭਾ ਦੇ ਰਾਜੀਵ ਗਾਂਧੀ ਪਾਰਕ ਦੇ ਵਿੱਚ, ਅਤੇ ਅੱਜ ਅਸੀਂ ਉਹਦੀਆਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ। ਰਾਜੀਵ ਗਾਂਧੀ ਇੱਕ ਕਾਂਗਰਸ ਦੇ ਥੰਮ ਸੀ, ਅਤੇ ਇਸ ਪਾਰਕ ਦਾ ਉਦਘਾਟਨ ਕੈਪਟਨ ਅਮਰਿੰਦਰ ਸਿੰਘ ਆਪ ਕਰਕੇ ਗਏ ਸੀ, ਅਤੇ ਤੁਸੀਂ ਦੇਖ ਹੀ ਰਹੇ ਹੋ ਕਿ ਅੱਜ ਦੇ ਟਾਈਮ 'ਚ ਉਸ ਪਾਰਕ ਦੀ, ਰਾਜੀਵ ਗਾਂਧੀ ਪਾਰਕ ਦੀ ਕੀ ਹਾਲਤ ਹੈ। ਤੁਸੀਂ ਗੇਟ ਵੀ ਦੇਖ ਹੀ ਰਹੇ ਹੋ ਕਿ ਕਿੱਦਾਂ ਸਾਰਾ ਟੁੱਟਿਆ ਪਿਆ ਹੈ, ਅਤੇ ਆਓ ਤੁਹਾਨੂੰ ਅੰਦਰ ਦੀਆਂ ਲਾਈਵ ਤਸਵੀਰਾਂ ਦਿਖਾਉਂਦੇ ਹਾਂ। ਤੁਹਾਨੂੰ ਅੰਦਰ ਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ, ਅਸੀਂ ਹੁਣ ਅੰਦਰ ਆ ਚੁੱਕੇ ਹਾਂ, ਅਤੇ ਤੁਸੀਂ ਦੇਖ ਹੀ ਰਹੇ ਹੋ ਕਿ ਜਿੱਥੇ ਕਿ ਸੈਰ ਕਰੀ ਜਾਂਦੀ ਹੈ, ਲੋਕ ਟਾਈਲਾਂ ਵੀ ਸਾਰੀਆਂ ਲੱਗੀਆਂ, ਟੁੱਟੀਆਂ ਫੁੱਟੀਆਂ ਪਈਆਂ ਹਨ, ਅਤੇ ਜਿੱਥੇ ਕਿ ਰਾਜੀਵ ਗਾਂਧੀ ਜੀ ਦਾ ਬੁੱਤ ਸੀਗਾ, ਦੇਖੋ ਤੁਸੀਂ ਕਿੱਦਾਂ ਤੋੜਿਆ ਪਿਆ ਹੈ, ਅਤੇ ਸਿਰਫ ਨੀਚਲਾ ਪਾਸਾ ਹੀ ਉਰੇ ਅਵੇਲੇਬਲ ਹੈ। ਤੁਸੀਂ ਦੇਖ ਸਕਦੇ ਹੋ, ਕੈਮਰਾਮੈਨ ਤੁਸੀਂ ਦਿਖਾ ਦਿਓ, ਉਹ ਦੇਖੋ ਅਵੇਲੇਬਲ ਹੈ। ਆਓ ਤੁਹਾਨੂੰ ਉੱਥੇ ਦੀਆਂ ਲਾਈਵ ਤਸਵੀਰਾਂ ਦਿਖਾਉਂਦੇ ਹਾਂ, ਅਤੇ ਸਾਰੀਆਂ ਲੋਕ ਟਾਈਲਾਂ ਤੋੜੀਆਂ ਪਈਆਂ ਹਨ, ਅਤੇ ਰਾਜੀਵ ਗਾਂਧੀ ਜੀ ਦਾ ਜਿਹੜਾ ਬੁੱਤ ਸੀ, ਉਰੇ ਬੁੱਤ ਲੱਗਿਆ ਪਿਆ ਸੀ ਉਹਨਾਂ ਦਾ, ਅਤੇ ਉਹ ਵੀ ਹੁਣ ਉਰੇ ਨਹੀਂ ਹੈ, ਅਤੇ ਸਿਰਫ ਨੀਚੇ ਤੋੜ ਫੋੜ ਕੇ ਉਹ ਵੀ ਲੈ ਚੁੱਕੇ ਹਨ। ਕਾਂਗਰਸ ਸਰਕਾਰ ਵੱਲੋਂ ਇੱਥੇ ਵੀ 18 ਤੋਂ 20 ਲੱਖ ਰੁਪਇਆ ਲਾ ਕੇ ਇਸ ਨੂੰ ਤਿਆਰ ਕੀਤਾ ਗਿਆ ਸੀ, ਪਰ ਫਿਰ ਤੋਂ ਇਸ ਨੂੰ ਇੱਕ ਤਰ੍ਹਾਂ ਡੰਪ ਬਣਾ ਦਿੱਤਾ ਗਿਆ ਹੈ। ਕਿਉਂ, ਕੀ ਕਾਰਨ ਹੈ ਇਸ ਚੀਜ਼ ਦਾ? ਅਤੇ ਇਸਦੇ ਬਿਲਕੁਲ ਸਾਹਮਣੇ ਹੀ ਇੱਕ ਪਾਰਕ ਤਿਆਰ ਕੀਤਾ ਗਿਆ ਹੈ, ਉਸਦੀ ਕੀ ਵਜ੍ਹਾ ਹੈ ਕਿ ਪਹਿਲਾਂ ਹੀ ਇੱਕ ਪਾਰਕ ਹੈਗਾ ਸੀ, ਉਸਨੂੰ ਹੀ ਕਿਉਂ ਨਹੀਂ ਸੈੱਟ, ਥੋੜ੍ਹੇ ਕੁ ਜਿਹੇ ਪੈਸੇ ਲਾ ਕੇ ਉਸਨੂੰ ਹੀ ਦੁਬਾਰਾ ਸੈੱਟ ਕਿਉਂ ਨਹੀਂ ਕੀਤਾ ਗਿਆ? ਉੱਥੇ ਇੱਕ ਨਵਾਂ ਪਾਰਕ ਤਿਆਰ ਕਰਨ ਦੀ ਕੀ ਜ਼ਰੂਰਤ ਪੈ ਗਈ? ਤੁਸੀਂ ਦੇਖ ਹੀ ਰਹੇ ਹੋ ਲਾਈਵ ਤਸਵੀਰਾਂ ਕਿ ਇਸ ਨੂੰ ਫਿਰ ਤੋਂ ਇੱਕ ਡੰਪ ਬਣਾ ਦਿੱਤਾ ਗਿਆ ਹੈ, ਅਤੇ ਉੱਧਰ ਇੱਕ ਨਵਾਂ ਪਾਰਕ ਤਿਆਰ ਕਰ ਦਿੱਤਾ ਗਿਆ ਹੈ। ਇਸਦਾ ਕੀ ਕਾਰਨ ਸੀ ਇਸ ਪਾਰਕ 'ਚ, ਅਤੇ ਉਸ ਪਾਰਕ 'ਚ ਕੀ ਫਰਕ ਸੀਗਾ? ਅਤੇ ਆਓ ਚੱਲ ਕੇ ਤੁਹਾਨੂੰ ਮੈਂ ਸਾਰੀਆਂ ਲਾਈਵ ਤਸਵੀਰਾਂ ਦਿਖਾਉਂਦਾ ਕਿ ਕਿੱਦਾਂ ਉਰੇ ਡੰਪ ਬਣਿਆ ਪਿਆ, ਕਿੱਦਾਂ ਰਹਿ ਰਹੇ ਨੇ, ਕਿਵੇਂ ਸਾਰੇ ਡੰਗਰ ਅੰਦਰ ਹੀ ਫਿਰੀ ਜਾ ਰਹੇ ਨੇ, ਕਿਵੇਂ ਘਾਹ ਵਧੀਆਂ ਹੋਈਆਂ ਹਨ, ਜੇ ਕੋਈ ਆਉਂਦਾ ਵੀ ਹੈ ਤਾਂ ਉਹ ਵੀ ਉਰੇ ਕਿੱਦਾਂ ਬੈਠ ਸਕਦਾ ਹੈ? ਇਸ ਗੱਲ ਸਹੀ ਹੈ ਜਾਂ ਗਲਤ, ਤੁਸੀਂ ਆਪਣੇ ਰਾਏ ਜਨਤਾ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸੋ ਕਿ ਸਹੀ ਹੈ ਜਾਂ ਗਲਤ।